ਹੈਲੋ ਫਰੈਂਡਸ, ਸਾਡੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜੇ ਤਕਰੀਬਨ 8:30 ਹੋ ਚੁੱਕੇ ਨੇ ਅਤੇ ਹਰਿਥਵੀ ਨੇ ਆਪਣਾ ਨਾਸ਼ਤਾ ਕੰਪਲੀਟ ਕਰ ਲਿਆ ਅਤੇ ਹੁਣ ਉਹ ਬਿਜ਼ੀ ਹੋ ਗਈ ਹੈ ਆਪਣੇ ਟੁਆਇਸ ਦੇ ਨਾਲ। ਆਈ ਟੁਆਇਸ ਮੈਂ ਪਿਛਲੇ ਕੱਲ੍ਹ ਧੋਤੇ ਸੀਗੇ, ਜਿਹਦੇ ਵਿੱਚ ਉਹਦੇ ਕਿਚਨ ਦਾ ਸਮਾਨ ਅਤੇ ਬਲੋਕਸ ਜਿਹੜੇ ਆ ਉਹ ਮੈਂ ਮਿਕਸ ਕਰ ਦਿੱਤੇ ਸੀ ਤਾਂ ਜੋ ਮੈਂ ਹਰਿਥਵੀ ਨੂੰ ਥੋੜ੍ਹਾ ਜਿਹਾ ਬਿਜ਼ੀ ਰੱਖ ਸਕਾਂ। ਇਹ ਐਕਟੀਵਿਟੀ ਬਹੁਤ ਅੱਛੀ ਰਹਿੰਦੀ ਹੈ। ਇੱਥੇ ਮੈਂ ਉਹਨੂੰ ਦੇ ਦਿੱਤੇ ਨੇ ਦੋਨੋਂ ਟੁਆਇਸ ਮਿਕਸ ਅਤੇ ਕਹਿ ਦਿੱਤਾ ਹੈ ਕਿ ਸਮਾਨ ਜਿਹੜਾ ਅਲੱਗ ਅਲੱਗ ਕਰੋ, ਟੁਆਇਸ ਦਾ ਉਹਦੀ ਬਾਸਕਿਟ 'ਚ ਪਾਓ ਅਤੇ ਟਰੋਲੀ ਦੇ ਵਿੱਚ ਤੁਸੀਂ ਇਹ ਕਿਚਨ ਦਾ ਸਮਾਨ ਪਾਓ। ਇਹ ਬੜੀ ਅੱਛੀ ਐਕਟੀਵਿਟੀ ਹੈ ਬੱਚਿਆਂ ਦੀ ਮੈਂਟਲ ਐਬਿਲਿਟੀ ਚੈੱਕ ਕਰਨ ਦੀ। ਬੱਚਾ ਬਿਜ਼ੀ ਵੀ ਰਹਿੰਦਾ ਹੈ, ਇੰਟਰਸਟ ਵੀ ਲੈਂਦਾ ਹੈ ਅਤੇ ਜੋ ਥੋੜ੍ਹਾ ਉਹ ਪਜ਼ਲ ਹੁੰਦਾ ਹੈ ਆਪਣੀ ਗਲਤੀ ਉਹ ਖੁਦ ਦੇਖਦਾ ਹੈ। ਇੱਥੇ ਮੈਂ ਉਹਨੂੰ ਐਪਰੀਸ਼ੀਏਟ ਵੀ ਕਰ ਰਹੀ ਸੀ, ਨਾਲੋਂ ਨਾਲ ਕਹਿੰਦੇ ਆ ਨਾ ਪੰਜਾਬੀ 'ਚ, ਥੋੜ੍ਹਾ ਜਿਹਾ ਪੰਪ ਵੀ ਦੇ ਰਹੀ ਸੀ। ਐਕਚੁਅਲੀ ਮੈਂ ਆਪਣਾ ਕੰਮ ਵੀ ਘਟਾ ਰਹੀ ਸੀ, ਇੱਥੇ ਮੇਰੇ 10 ਕੁ ਮਿੰਟ ਬਚ ਗਏ ਸੀ ਅਤੇ ਉਹ ਵੀ ਬਿਜ਼ੀ ਹੋ ਗਈ ਸੀ ਕਿਉਂਕਿ ਬੱਚਿਆਂ ਨੂੰ ਨਵੀਂ ਨਵੀਂ ਖੇਡ ਦੇ ਵਿੱਚ ਬਿਜ਼ੀ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ। ਅਤੇ ਆਈ ਥਿੰਕ ਇਹ ਸਭ ਤੋਂ ਅੱਛੀ ਐਬਿਲਿਟੀ ਹੈ, ਐਕਟੀਵਿਟੀ ਹੈ ਸੋਰੀ, ਅਤੇ ਇੱਕ ਨਵੀਂ ਜਿਹੀ ਖੇਡ ਹੈ। ਇੱਥੇ ਰਿਥਵੀ ਇੰਨੀ ਖੁਸ਼ ਸੀ ਇਹ ਸਾਰਾ ਕੰਮ ਖਤਮ ਕਰਕੇ, ਉਹਨੂੰ ਲੱਗ ਰਿਹਾ ਸੀ ਉਹਨੇ ਪਤਾ ਨਹੀਂ ਕਿੱਡੀ ਵੱਡੀ ਜੰਗ ਜਿੱਤ ਲਈ ਅਤੇ ਮੈਂ ਉਹ ਵੀ ਉਹਨੂੰ ਬਹੁਤ ਐਪਰੀਸ਼ੀਏਟ ਕਰਦੀ ਪਈ ਸੀ। क्या था बाबा ये? ओके, मेरे को समझ में नहीं आया। ओके ओके ओके, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮੀਨਾਕਸ਼ੀ ਅਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਰਿਥਵੀ ਬਹਿਲ ਅਤੇ ਮੰਮਾ ਰੌਕਸ ਦੇ ਵਿੱਚ। ਤੁਸੀਂ ਦੇਖ ਹੀ ਲਿਆ ਰਿਥਵੀ ਕਿਵੇਂ ਇੰਜੋਏ ਕਰਦੀ ਪਈ ਹੈ। ਅੱਜ ਹੈਗਾ 24 ਮਾਰਚ, ਪੰਜਾਬ ਦੇ ਵਿੱਚ ਟੋਟਲ ਜਿਹੜਾ ਹੈਗਾ ਕਰਫਿਊ ਲੱਗਿਆ ਹੋਇਆ ਹੈ, ਬਾਕੀ ਸਿਟੀਜ਼ ਦੇ ਵਿੱਚ ਸਟੇਟਸ ਦੇ ਵਿੱਚ ਵੀ ਇਹ ਕਰਫਿਊ ਲੱਗਿਆ ਹੋਇਆ ਹੈ। ਦੈਟ ਇਜ਼ ਫੋਰ ਆਰ ਸੇਫਟੀ, ਇਹ ਸਾਡੀ ਬੈਟਰਮੈਂਟ, ਸਾਡੀ ਸੇਫਟੀ ਲਈ ਹੈ। ਅਤੇ ਪਲੀਜ਼ ਇਸ ਕਰਫਿਊ ਨੂੰ ਕਾਮਯਾਬ ਬਣਾਓ, ਘਰਾਂ 'ਚੋਂ ਬਾਹਰ ਨਾ ਨਿਕਲੋ। ਜੇ ਛੋਟੀ ਮੋਟੀ ਕੋਈ ਚੀਜ਼ ਖਤਮ ਵੀ ਹੋ ਗਈ ਹੈ, ਲਾਈਕ ਸਬਜ਼ੀ ਜਾਂ ਕੋਈ ਖਾਣ ਪੀਣ ਦੀ ਚੀਜ਼ ਹੋ ਗਈ, ਕੋਈ ਰਾਸ਼ਨ ਹੋ ਗਿਆ, ਤਾਂ ਪਲੀਜ਼ 2-4 ਦਿਨਾਂ ਦੀ ਕਿੱਲਤ ਜਿਹੜੀ ਹੈ ਸਹਿ ਲਓ। ਅਸੀਂ ਆਪਣੇ ਲਈ ਇੰਨਾ ਕੁ ਕਰ ਸਕਦੇ ਹਾਂ, ਆਪਣੇ ਲਈ ਨਹੀਂ ਤਾਂ ਅਸੀਂ ਆਪਣੇ ਬੱਚਿਆਂ ਲਈ ਇੰਨਾ ਕੁ ਕਰ ਸਕਦੇ ਹਾਂ। ਅਸੀਂ ਜੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਸੇਫ ਰਹਿਣ, ਇਸ ਬਿਮਾਰੀ ਤੋਂ ਦੂਰ ਰਹਿਣ, ਤਾਂ ਪਲੀਜ਼ ਆਪਣੇ ਆਪ ਨੂੰ ਆਪਣੇ ਘਰ ਦੇ ਵਿੱਚ ਟੋਟਲੀ ਲੋਕਡਾਊਨ ਕਰ ਲਓ। ਇਹ ਸਮਝ ਲਓ ਕਿ ਇਹ ਸਾਨੂੰ ਇੱਕ ਗੋਡ ਗਿਫਟ ਟਾਈਮ ਮਿਲ ਗਿਆ ਆਪਣੀ ਫੈਮਿਲੀ ਨਾਲ ਸਪੈਂਡ ਕਰਨ ਲਈ, ਅਤੇ ਇਹਨੂੰ ਆਪਣੀ ਫੈਮਿਲੀ ਨਾਲ ਸਪੈਂਡ ਕਰੋ। ਅਤੇ ਜਿਵੇਂ ਸਾਡੀਆਂ ਹਾਊਸ ਵਾਈਫਸ ਹੁੰਦੀਆਂ ਨੇ, ਉਹ ਤਾਂ ਪਹਿਲਾਂ ਹੀ ਘਰਾਂ ਦੇ ਵਿੱਚ ਇੱਕ ਤਰ੍ਹਾਂ ਦਾ ਲੋਕਡਾਊਨ ਹੀ ਰਹਿੰਦੀਆਂ ਨੇ, ਅਤੇ ਹੁਣ ਵੀ ਕੀ ਹੋ ਗਿਆ, ਕੁਛ ਨਹੀਂ ਹੋਇਆ। ਛੋਟੀ ਮੋਟੀ ਚੀਜ਼ਾਂ ਨੂੰ ਅਵੋਇਡ ਕਰੋ ਅਤੇ ਆਪਣੇ ਬੱਚਿਆਂ ਨਾਲ ਇੰਜੋਏ ਕਰ ਲਓ। ਸਮਝ ਲਓ ਇਹ ਟਾਈਮ ਆਪਾਂ ਆਪਣੇ ਬੱਚਿਆਂ ਨਾਲ ਹੀ ਸਪੈਂਡ ਕਰਨਾ ਹੈ, ਜਿਵੇਂ ਕਿ ਮੈਂ ਹਰਿਥਵੀ ਨਾਲ ਕਰ ਰਹੀ ਹਾਂ। ਬਟ ਬੱਚੇ ਵੀ ਬਹੁਤ ਬੇਚਾਰੇ ਇਸ ਕਰੋਨਾ ਵਾਇਰਸ ਤੋਂ ਤੰਗ ਹੋ ਗਿਆ, ਕਿਉਂਕਿ ਹਰਿਥਵੀ ਨੂੰ ਰੋਜ਼ ਇੱਕ ਸਕੂਲ ਕਦੋਂ ਜਾਣਾ ਹੈ, ਮਮਾ ਸਕੂਲ ਕਦੋਂ ਜਾਣਾ ਹੈ, ਉਹਨੂੰ ਸਮਝਾਉਣਾ ਵੀ ਔਖਾ ਹੋ ਗਿਆ ਕਿ ਕਰੋਨਾ ਵਾਇਰਸ ਕਰਕੇ ਜਿਹੜੇ ਹੈਗੇ ਸਕੂਲਸ ਔਫ ਹੋ ਗਏ ਨੇ, ਈਵਨ ਉਹਦਾ ਰਿਜ਼ਲਟ ਪੋਸਟਪੋਨ ਹੋ ਗਿਆ। ਤੋ ਪਲੀਜ਼ ਆਪਣੇ ਥੋੜ੍ਹੇ ਜਿਹੇ ਆਪਾਂ ਆਪਣਾ ਜਿਹੜਾ ਹੈਗਾ ਆ ਚੀਜ਼ਾਂ ਨੂੰ ਐਡਜਸਟ ਕਰਕੇ, ਥੋੜ੍ਹੀ ਜਿਹੀ ਕਿੱਲਤ ਸਹਿ ਕੇ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਹਾਂ। ਅਤੇ ਮੇਰੀ ਰਿਕੁਐਸਟ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਜਣੇ ਜਿਹੜੇ ਹੈਗੇ ਆ ਆਪਣੇ ਘਰਾਂ ਦੇ ਵਿੱਚ ਹੀ ਰਹੋ। ਯੇ ਨਾਨੂ ਕਾ ਦੁੱਦੂ ਰੇਡੀ, ਚਮਨ ਪ੍ਰਾਸ਼ ਰੇਡੀ, ਔਰ ਬਾਬੂ ਤੋਂ ਆਲਵੇਜ਼ ਰੇਡੀ, ਹੈ ਨਾ? ਯੂ ਆਰ ਰੇਡੀ? ਚਲੋ। ਓ ਵੈਰੀ ਗੁੱਡ, ਆਪ ਵਿਨ ਹੋ ਗਏ। ਐਕਚੁਅਲੀ ਫਰੈਂਡਸ, ਅੱਜ ਕੱਲ੍ਹ ਨਾ ਹਮ ਦੋਨੋਂ ਗੇਮ ਖੇਲ ਰਹੇ ਹਾਂ ਕਿ ਗੁੱਡ ਮੈਨਰਸ, ਕੌਣ ਯਾਦ ਰੱਖਤਾ ਹੈ ਕੌਣ ਨਹੀਂ, ਤੋ ਹਮ ਇੱਕ ਦੂਸਰੇ ਕੋ ਪੁਆਇੰਟਸ ਦੇਤੇ ਹੈਂ। ਜੈਸੇ ਮੈਨੇ ਅਭੀ ਸਕਿਪ ਕਰ ਦਿਆ ਥਾ ਕਿ ਮੈਨੇ ਹੈਂਡ ਵਾਸ਼ ਨਹੀਂ ਕਰਵਾਏ ਥੇ, ਔਰ ਬਾਬੂ ਕਹਿਤਾ ਮੈਨੇ ਹੈਂਡ ਵਾਸ਼ ਕਰਨੀ ਹੈ, ਮਮਾ ਚਲਤੀ ਹੈ ਆਪਕੇ ਸਾਥ। ਤੋ ਇਟ ਮੀਨਸ ਬਾਬੂ ਵਿਨ ਹੋ ਗਿਆ, ਬਾਬੂ ਕਾ ਵਨ ਜੋ ਹੈ ਪੁਆਇੰਟ ਹੋ ਗਿਆ, ਹੈ ਨਾ? ਤੋ ਅਭੀ ਹੈਂਡ ਵਾਸ਼ ਕਰੇਂਗੇ, ਫਿਰ ਹਮ ਦੁੱਧੂ ਲੇਂਗੇ। ਨਾਨੂ ਹੈਂਡ ਵਾਸ਼ ਕਰਕੇ ਆ ਗਿਆ ਹੈ।
या पहले च्यवनप्राश खाएगा, क्योंकि मैं किचन में बना रही हूँ चाय, तो ये यहीं पे रहेगा, है ना। ये मम्मा के साथ ही चिपका रहता है, मम्मा के साथ ही चिपका रहता है, मेरे तोतू तोतू शाह। फ्रेंड्स, इम्यूनिटी जड़ी हैगी वधाने की बहुत जरूरत है इस हालात के विच। इम्यूनिटी तो वैसे भी अजकल साढ़े बच्चों की बहुत ज़्यादा वीक है, मैंने लगता है हरित्वी की तो प्रॉपर डाइट होने के बावजूद भी वीक है। इसलिए सानू यहोजियां छोटिया छोटिया चीज़ों का ध्यान रखना पेगा जिन्हों तो साढ़े बच्चों की साड़ी इम्यूनिटी जी है वो बूस्ट हो। तो हम अब हरित्वी बहल हूँ असं बैठ के दुध पीने, वट डू यू मैन हूँ ओ सॉरी सॉरी सॉरी, चलो दुध पिए बह के, फिर चलो मम्मा लैके आंदा, बाय। आपा लंच का टाइम होने वाला है, इसलिए मैं भी हरित्वी नूं उहदे रेस्टोरेंट 'च बिजी कर दिता है। इत्थे उहदा मेन्यू जिहड़ा उहदे विच चपाती सब तो महंगी है 20 रुपए, क्योंकि कहिंदी चपाती स्ट्रोंग बनांदी आ। अच्छा मैंने खेला नहीं आपके साथ, नहीं नहीं खेला, सोच लो पक्का नहीं खेला। तो ये मेन्यू किसने लिखा है, पिज्जा शिज्जा कौन लिख रहा है? तो आप बोल रहे हो मम्मा खेलता नहीं है मेरे साथ, तो लंच कौन बनाएगा? 12 बज गए हैं, वो देखो मम्मा बनाएगी, सब कुछ मम्मा करना है, सब कुछ मम्मा ने करना, सब मम्मा को भी मम्मा बोल। दीज आर द सिक्योरिटी गार्ड्स, मम्मा हाँ पापा बच्चा, ओके। ये तीनों मिलके हरित्वी के रेस्टोरेंट का जो है वो क्या करेंगे, क्या ध्यान रखेंगे? यस, कोई चोर बोलना आगे, ओके। ओ वाओ, ओ क्या सेटअप है बाबा, नाइस, थैंक यू इतना टाइम देने के लिए हमें। मेरे को लगेंगे 15 मिनट बस, मैंने दाल को तड़का लगा। यू हैव जीरो और नहीं 0 मिनट, यू हैव नॉट टाइम, यू हैव माय टाइम, यू हैव नॉट किचन टाइम, यू हैव नॉट किचन टाइम, अंग्रेज अंग्रेज खाना खाने में बेटा मैंने 10 मिनट लगाने। नहीं होना, मैं सबसे खाना होता है काम करना, घर का काम करना बहुत मुश्किल काम है। नहीं खाना खाओ लॉर्ड, तू ही आओ लॉर्ड, मैं हट गया लॉर्ड। ओहो ओए मेरी हुहू, चलो आ चलो मैं फटाफट से आया। मिस्टर अच्छू है आपका, अच्छा आपका नाम है मिसेस अच्छू? मेरा नाम है मिसेस अच्छू, मिसेस अच्छी अच्छी मतलब हाँ मिसेस ठीक। लंच तो बाद रिथवी ने मैनू इत्थे बिजी कर दिता है, क्ले दे पीसिस दे दिते है, ते कहंदी मम्मा इनू छोटा छोटा जड़ा है पीस कर दो। पता नहीं कितों नवे नवे अपने ट्रिक्स ले आंदी है, नवीं नवीं जड़ियां खेडां उत्पन्न करदी रहिंदी है, मैं भी जुटी रहनी हाँ। बाद मैं देखिया और ये सारी क्ले नू मिक्स करके एज अ स्पाइस यूज़ किया, तो उन्हें अपने टॉय कॉर्नस के उत्ते वो स्पाइस लगा के मैनू खाण नू दिते। ਆ ਇੱਕ ਨਵਾਂ ਹੀ ਗੇਮ ਪਲੈਨ ਅੱਜ ਬਣ ਚੁੱਕਾ ਸੀਗਾ, ਸਮਾਨ ਲਿਆ ਕੇ ਉਹਨੇ ਆਪਣਾ ਪਲੇਗਰਾਊਂਡ ਬਣਾਇਆ ਸੀਗਾ, ਅਤੇ ਪਤਾ ਨਹੀਂ ਆ ਕੀ ਕਰਦੀ ਪਈ ਸੀਗੀ, ਨਾਲ ਗੱਤੇ ਰੱਖੇ ਹੋਏ ਸੀਗੇ। ਸਭ ਤੋਂ ਅੱਛੀ ਮੈਨੂੰ ਹਾਸੇ ਵਾਲੀ ਜਗ੍ਹਾ ਲੱਗੀ ਆ, ਉਹਨੇ ਆਪਣਾ ਸਵਿੰਗ ਜਿਹੜਾ ਨਾ ਇੱਥੇ ਐਜ਼ ਆ ਡੋਗੀ ਯੂਜ਼ ਕੀਤਾ ਹੋਇਆ ਸੀ, ਇੰਨਾ ਮੈਸਅਪ ਕੀਤਾ ਹੋਇਆ ਸੀ ਨਾ ਅੱਜ ਉਹਨੇ। ਫਿਰ ਬਾਊ ਜੀ ਪੁੱਜ ਗਏ ਨੇ ਉੱਪਰ ਸਾਈਕਲ ਚਲਾਉਣ, ਕੈਪ ਵੈਪ ਉਹਨੂੰ ਮੈਂ ਪੈਕ ਇਸ ਲਈ ਕੀਤਾ ਕਿਉਂਕਿ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ, ਅਤੇ ਮੈਨੂੰ ਡਰ ਸੀ ਕਿਉਂਕਿ ਉਹਨੂੰ ਥੋੜ੍ਹਾ ਖਾਂਸੀ ਦੀ ਦਿੱਕਤ ਜਲਦੀ ਹੋ ਜਾਂਦੀ ਹੈ, ਇਸ ਕਰਕੇ ਮੈਂ ਨਹੀਂ ਚਾਹੁੰਦੀ ਸੀ ਉੱਪਰ ਜਾਏ, ਬਟ ਜ਼ਿੱਦ ਮੰਨਣੀ ਪੈਂਦੀ ਹੈ ਬੱਚਿਆਂ ਦੀ। ਅਤੇ ਉਹਦਾ ਵੀ ਉਹਨੂੰ ਖੁੱਲ੍ਹੇ ਆਸਮਾਨ ਹੇਠ ਰਹਿਣਾ ਬੜਾ ਪਸੰਦ ਹੈ, ਇੱਧਰ ਉੱਧਰ ਦੇਖਣਾ, ਚਿੜੀਆਂ ਦੀ ਚਹਿਚਹਾਟ, ਪੇੜ ਪੌਦੇ, ਗੱਡੀਆਂ, ਉਹਨੂੰ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ ਪਸੰਦ ਹੈ, ਅਤੇ ਉਹ ਬਹੁਤ ਹੀ ਇੰਜੋਏ ਕਰਦੀ ਹੈ ਇਹਨਾਂ ਚੀਜ਼ਾਂ ਨੂੰ। ਸ਼ਾਮ ਦੇ ਵੱਜ ਗਏ ਨੇ 6:30,
ਮੰਮਾ ਬਹੁਤ ਥੱਕ ਗਈ ਹੈ। ਹਾਂਜੀ ਖਾਣਾ ਬਣਾਓ ਖਾਣਾ ਬਣਾਓ। ਅਬ ਇਸਕੋ ਖੇਲ ਖੇਲ ਕੇ ਭੁੱਖੂ ਆ ਗਿਆ ਹੈ ਨਾ, ਅਤੇ ਜਦੋਂ ਮੰਮਾ ਕਹੇਗੀ ਨਾ ਮੈਨੂੰ ਟਾਈਮ ਦੇ ਦਿਉ ਮੈਂ ਖਾਣਾ ਬਣਾ ਲਾਂ, ਉਦੋਂ ਨਹੀਂ ਕਹਿਣਾ ਜਦੋਂ ਭੁੱਖ ਲੱਗ ਗਈ ਨਾ ਮੰਮਾ ਖਾਣਾ ਬਣਾਓ ਖਾਣਾ ਬਣਾਓ। ਅਤੇ ਖਾਣਾ ਵੀ ਮੈਨੂੰ ਇੱਦਾਂ ਬਣਾਉਣਾ ਪੈਂਦਾ ਨਾ ਜਿਵੇਂ ਇਹਨੇ ਮੇਰੇ, ਉਹ ਕਹਿੰਦੇ ਨਹੀਂ ਉਹ ਟੁਆਇਸ ਹੁੰਦੇ ਨੇ ਚਾਬੀ ਦੇ ਕੇ ਛੱਡਿਆ ਹੁੰਦਾ ਹੈ ਨਾ, ਚਾਬੀ ਦੇ ਕੇ ਮੰਮਾ ਛੱਡੀ ਹੁੰਦੀ ਹੈ ਕਿ ਫਟਾਫਟ ਕੰਮ ਹੋ ਜਾਣੇ। ਮੰਮਾ ਸੁਪਰਮੈਨ ਬੋਲਦੀ ਹੈ ਮੈਨੂੰ, ਮੰਮਾ ਸੁਪਰਮੈਨ ਹੈ ਨਾ, ਸੁਪਰ ਹੀਰੋ। ਓ ਸੁਪਰ ਹੀਰੋ ਹੈ, ਇੱਕ ਮਿੰਟ 'ਚ ਹੁਣ ਇਹਨੇ ਵਕਤ ਪਾ ਦੇਣਾ ਮੈਨੂੰ, ਮੈਨੇ ਸੋਚਿਆ ਯੂ ਹੈਵ ਨੋ ਟਾਈਮ, ਯੂ ਹੈਵ ਅ ਟਾਈਮ ਆਫ ਮੀ। ਹਾਂ ਅੰਗਰੇਜ਼ ਬਹੁਤ ਅੰਗਰੇਜ਼ੀ ਆਤੀ ਹੈ, ਯੂ ਹੈਵ ਨੋ ਟਾਈਮ ਯੂ। ਚਲੋ ਟਰਾਈ ਤਾਂ ਕੀਆ ਅੱਛਾ। ਅਤੇ ਹੁਣ ਚਲੋ ਆਪਾਂ ਰੋਟੀ ਬਣਾਈਏ। ਮੈਂ ਹੁਣ ਪੁੱਜ ਗਈ ਹਾਂ ਰਿਤਵੀ ਦਾ ਡਿਨਰ ਬਣਾਉਣ ਲਈ। ਉਹਨੇ ਔਡਰ ਕੀਤਾ ਹੈ ਕਿ ਉਹਨੂੰ ਆਲੂ ਮਟਰ ਦੀ ਜਿਹੜੀ ਹੈਗੀ ਹੈ ਸਬਜ਼ੀ ਚਾਹੀਦੀ ਹੈ, ਚਪਾਤੀ ਰੋਲ ਉਹਨੇ ਖਾਣਾ ਹੈਗਾ, ਅਤੇ ਮੈਂ ਵੀ ਫਟਾਫਟ ਲੱਗ ਗਈ ਹਾਂ। ਰਿਤਵੀ ਬਸ ਇੱਥੇ ਹੀ ਮੈਨੂੰ ਜ਼ਿਆਦਾ ਤੰਗ ਕਰਦੀ ਹੁੰਦੀ ਆ, ਉਹ ਮਤਲਬ ਚਾਹੁੰਦੀ ਹੈ ਕਿ ਮੈਂ ਉਹਦੇ ਨਾਲ ਬਿਜ਼ੀ ਰਹਾਂ, ਖੇਡਦੀ ਰਹਾਂ, ਅਤੇ ਖਾਣਾ ਬਣਾਉਣ ਨੂੰ ਫਟਾਫਟ ਔਡਰ ਦੇਗੀ ਅਤੇ ਫਟਾਫਟ ਕਹੇਗੀ। ਇਸ ਟਾਈਮ ਉਹਨੇ ਪਤਾ ਨਹੀਂ ਮੈਨੂੰ ਕਿੰਨੀ ਵਾਰੀ ਪੁੱਛ ਲਿਆ ਮੰਮਾ ਬਣ ਗਿਆ ਬਣ ਗਿਆ, ਅਤੇ ਥੋੜ੍ਹਾ ਜਿਹਾ ਮੈਂ ਵੀ ਗੁੱਸੇ 'ਚ ਆ ਗਈ ਸੀ। ਮੈਂ ਵੀ ਉਹਨੂੰ ਥੋੜ੍ਹਾ ਕਿਹਾ ਮੰਮਾ ਬੇਟਾ ਰੋਬਰਟ ਥੋੜ੍ਹੀ ਜਿਹੜਾ ਜਲਦੀ ਬਣ ਗਿਆ। ਫਿਰ ਮੈਂ ਖੁਦ ਹੀ ਸੋਚ ਰਹੀ ਸੀ ਕਿ ਕਿੱਦਾਂ ਬੱਚੇ ਸਾਡੇ ਦੇ ਵਿੱਚ ਚੇਂਜ ਲਿਆ ਦਿੰਦੇ ਨੇ, ਆਪਾਂ ਕਿੰਨਾ ਚੇਂਜ ਹੋ ਜਾਂਦੇ ਹਾਂ। ਕੱਲ੍ਹ ਤੱਕ ਆਪਾਂ ਆਪਣੀਆਂ ਮੰਮੀਆਂ ਦੇ ਉੱਤੇ ਇੰਨਾ ਰੋ ਪਾਉਂਦੇ ਹੁੰਦੇ ਸੀ, ਆਹ ਕਰ ਦਿਓ ਜਲਦੀ ਨਹੀਂ ਕੀਤਾ, ਇੰਨਾ ਟਾਈਮ ਲਗਾ ਦਿੱਤਾ। ਸ਼ਾਇਦ ਮੈਂ ਹੁਣ ਵੀ ਬਹੁਤ ਰੋ ਪਾਉਂਦੀ ਹਾਂ ਜਦੋਂ ਮੰਮੀ ਘਰ ਜਾਂਦੀ ਹਾਂ। ਅਤੇ ਚਲੋ ਖਾਣਾ ਵਾਣਾ ਹੋ ਗਿਆ ਹੈ, ਰਿਥਵੀ ਨੇ ਥੋੜ੍ਹੀ ਹੋਰ ਮਸਤੀ ਕਰ ਲਈ, ਹੁਣ ਉਹਨੂੰ ਮੈਂ ਨਵਾ ਦਿੱਤਾ ਹੈ। ਉਹਨੂੰ ਮੈਂ ਹਮੇਸ਼ਾ ਰਾਤ ਨੂੰ ਹੀ ਨਵਾਉਂਦੀ ਹਾਂ, ਸਪੈਸ਼ਲੀ ਸਰਦੀਆਂ ਨੂੰ, ਕਿਉਂਕਿ ਦਿਨੇ ਮੈਨੂੰ ਥੋੜ੍ਹਾ ਜਿਹਾ ਡਰ ਰਹਿੰਦਾ ਹੈ, ਕਿਉਂਕਿ ਉਹ ਥੋੜ੍ਹੀ ਖਾਂਸੀ ਦੀ ਦਿੱਕਤ ਹੈ, ਉਹਨੂੰ ਠੰਡ ਨਾ ਲੱਗ ਜਾਵੇ, ਖਾਂਸੀ ਜਲਦੀ ਨਾ ਹੋ ਜਾਵੇ, ਇਸ ਲਈ ਮੈਂ ਉਹਨੂੰ ਰਾਤ ਨੂੰ ਹੀ ਨਵਾਉਂਦੀ ਹਾਂ। ਅਤੇ ਦੂਜਾ ਕਾਰਨ ਇਹ ਵੀ ਹੈ ਕਿ ਉਹ ਪੂਰਾ ਦਿਨ ਸੌਂਦੀ ਨਹੀਂ ਹੈਗੀ ਹੈ, ਅਤੇ ਮੈਨੂੰ ਇੱਦਾਂ ਲੱਗਦਾ ਉਹ ਪੂਰਾ ਦਿਨ ਬਿਜ਼ੀ ਰਹਿੰਦੀ ਹੈ, ਖੇਡਦੀ ਰਹਿੰਦੀ ਹੈ, ਖੇਡਦੀ ਰਹਿੰਦੀ ਹੈ। ਅਤੇ ਫਿਰ ਰਾਤ ਨੂੰ ਅੱਛੀ ਤਰ੍ਹਾਂ ਉਹਨੂੰ ਮੈਂ ਮਾਲਿਸ਼ ਵਾਲਿਸ਼ ਕਰਕੇ ਨਹਾ ਕੇ ਸਾਫ਼ ਸੁਥਰਾ ਬਣਾ ਕੇ ਸੁਆਨੀ ਹਾਂ, ਤਾਂ ਜੋ ਉਹਨੂੰ ਨੀਂਦ ਵੀ ਅੱਛੀ ਆਏ ਅਤੇ ਉਹ ਇੱਕ ਸਾਫ਼ ਸੁਥਰੀ ਜੀ ਰਹੇ। ਇਸ ਲਈ ਵੀ ਜਿਉਂ ਜਿਉਂ ਰਿਥਵੀ ਦੇ ਸੌਣ ਦਾ ਟਾਈਮ ਨੇੜੇ ਆ ਰਿਹਾ ਹੁੰਦਾ ਹੈ, ਇਉਂ ਇਉਂ ਮੇਰੇ ਅੰਦਰ ਇੱਕ ਤਸੱਲੀ ਵੀ ਹੁੰਦੀ ਹੈ ਕਿ ਐਟਲੀਸਟ ਹੁਣ ਰਿਥਵੀ ਸੋਏਗੀ ਅਤੇ ਮੈਨੂੰ ਥੋੜ੍ਹੀ ਜਿਹੀ ਮੈਂਟਲੀ ਫਿਜ਼ੀਕਲੀ ਸ਼ਾਂਤੀ ਜਿਹੜੀ ਹੈ, ਸ਼ਾਂਤੀ ਇਨ ਦਾ ਸੈਂਸ ਰਿਲੈਕਸੇਸ਼ਨ ਮਿਲੇਗੀ, ਕਿਉਂਕਿ ਉਹ ਸਵੇਰ ਤੋਂ ਮੇਰੇ ਨਾਲ ਹੀ ਉੱਠੀ ਹੁੰਦੀ ਹੈ ਅਤੇ ਆਪਣੇ ਪਿੱਛੇ ਉਹਨੇ ਮੈਨੂੰ ਖੂਬ ਭਜਾਇਆ ਹੁੰਦਾ ਹੈ। ਵੈਸੇ ਵਿਚਾਰੀ ਉਹ ਵੀ ਥੱਕ ਜਾਂਦੀ ਹੈ ਕਿਉਂਕਿ ਦੁਪਹਿਰ ਨੂੰ ਉਹ ਰੈਸਟ ਨਹੀਂ ਕਰਦੀ ਬਿਲਕੁਲ ਵੀ, ਅਤੇ ਮੈਨੂੰ ਵੀ ਹੁੰਦਾ ਹੈ ਕਿ ਇਹ ਸੋ ਜਾਵੇ ਹੁਣ ਅਤੇ ਥੋੜ੍ਹੀ ਇਹਨੂੰ ਰੈਸਟ ਮਿਲ ਜਾਏ, ਕਿਉਂਕਿ ਬੱਚੇ ਲਈ ਰੈਸਟ ਵੀ ਬਹੁਤ ਜ਼ਰੂਰੀ ਹੈ। ਅਤੇ ਅੰਦਰੋਂ ਮੈਨੂੰ ਵੀ ਬੜਾ ਲਾਲਚ ਹੁੰਦਾ ਹੈ ਸ਼ਾਇਦ ਕਿ ਕਿਉਂਕਿ ਹੁਣ ਇਹ ਸੋਏਗੀ ਅਤੇ ਮੈਨੂੰ ਵੀ ਰੈਸਟ ਮਿਲੇਗੀ। ਕਿਵੇਂ ਸਾਡੀ ਲਾਈਫ ਜਿਹੜੀ ਉਹ ਬਿਲਕੁਲ ਚੇਂਜ ਹੋ ਜਾਂਦੀ ਹੈ। ਕਦੀ ਮੈਂ ਐਜ਼ ਆ ਗਰਲ ਸੋਚਦੀ ਸੀ, ਫਿਰ ਐਜ਼ ਆ ਲੇਡੀ ਸੋਚਣ ਲੱਗੀ, ਹੁਣ ਐਜ਼ ਆ ਮਦਰ ਸੋਚਦੀ ਹਾਂ। ਪੂਰੇ ਦਿਨ 'ਚ ਜਿਹੜਾ ਮੇਰਾ ਰੂਟੀਨ ਹੁੰਦਾ ਹੈ ਬਸ ਰਿਥਵੀ ਦੇ ਅਕੋਰਡਿੰਗ ਹੀ ਹੁੰਦਾ ਹੈ, ਹਰ ਕੰਮ ਮੈਂ ਉਹਦੇ ਅਕੋਰਡਿੰਗ ਹੀ ਕਰਨਾ ਹੁੰਦਾ ਹੈ। ਰਿਥਵੀ ਦੇ ਸੌਣ ਨਾਲ ਮੇਰਾ ਦਿਨ ਖਤਮ ਹੋ ਗਿਆ ਅਤੇ ਮੈਨੂੰ ਬਹੁਤ ਸਾਰੇ ਅੱਛੇ ਤਜ਼ਰਬੇ ਦੇ ਕੇ ਗਿਆ। ਥੈਂਕ ਯੂ ਐਂਡ ਗੁੱਡ ਨਾਈਟ ਟੂ ਆਲ।